ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਮਾਸਟਰ ਜੀ ਦੇ ਵਿੱਚ। ਅੱਜ ਆਪਾਂ ਪੰਜਾਬੀ ਭਾਸ਼ਾ ਅਤੇ ਉਪਭਾਸ਼ਾ ਦੇ ਬਾਰੇ ਪੜ੍ਹਾਂਗੇ ਅਤੇ ਸ਼ੁਰੂ ਕਰਦੇ ਹਾਂ ਜੀ ਵੀਡੀਓ। ਭਾਸ਼ਾ ਅਤੇ ਪੰਜਾਬੀ ਭਾਸ਼ਾ, ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ, ਇਸ ਦੀ ਪਰਿਭਾਸ਼ਾ ਲਿਖੋ। ਮੂੰਹ ਵਿੱਚੋਂ ਨਿਕਲਣ ਵਾਲੀਆਂ ਜਿਨ੍ਹਾਂ ਆਵਾਜ਼ਾਂ ਰਾਹੀਂ ਮਨੁੱਖ ਆਪਣੇ ਮਨੋਭਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਹਨਾਂ ਨੂੰ ਬੋਲੀ ਜਾਂ ਭਾਸ਼ਾ ਆਖਿਆ ਜਾਂਦਾ ਹੈ। ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਮਨੁੱਖ ਆਪਣੇ ਮਨੋਭਾਵਾਂ ਨੂੰ ਦੋ ਤਰ੍ਹਾਂ, ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ। ਇਸ ਕਰਕੇ ਬੋਲੀ ਵੀ ਦੋ ਪ੍ਰਕਾਰ ਦੀ ਹੁੰਦੀ ਹੈ, ਬੋਲਚਾਲ ਦੀ ਬੋਲੀ ਅਤੇ ਲਿਖਤੀ ਜਾਂ ਸਾਹਿਤਕ ਬੋਲੀ ਜਾਂ ਟਕਸਾਲੀ ਬੋਲੀ। ਠੀਕ ਹੈ ਜੀ। ਬੋਲਚਾਲ ਦੀ ਬੋਲੀ ਤੋਂ ਕੀ ਭਾਵ ਹੈ? ਬੋਲਚਾਲ ਦੀ ਬੋਲੀ ਉਹ ਹੁੰਦੀ ਹੈ ਜਿਸ ਰਾਹੀਂ ਵੱਖ ਵੱਖ ਇਲਾਕਿਆਂ ਵਿੱਚ ਰਹਿੰਦੇ ਲੋਕ ਆਪਸ ਵਿੱਚ ਗੱਲਬਾਤ ਕਰਦੇ ਹਨ। ਇੱਕ ਭਾਸ਼ਾ ਖੇਤਰ ਵਿੱਚ ਇਸ ਦੇ ਕਈ ਰੂਪ ਹੁੰਦੇ ਹਨ। ਅਗਲਾ ਪ੍ਰਸ਼ਨ, ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਮਨੁੱਖ ਕਿਹੜੇ ਸਫਲ ਸਾਧਨ ਦੀ ਵਰਤੋਂ ਕਰਦਾ ਹੈ? ਆਂਸਰ ਹੈ ਜੀ, ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਮਨੁੱਖ ਭਾਸ਼ਾ ਬੋਲੀ ਦੇ ਸਫਲ ਸਾਧਨ ਦੀ ਵਰਤੋਂ ਕਰਦਾ ਹੈ। ਸਾਡੇ ਸੰਵਿਧਾਨ ਵਿੱਚ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਪ੍ਰਵਾਨਿਤ ਹਨ? ਸਾਡੇ ਸੰਵਿਧਾਨ ਵਿੱਚ 22 ਭਾਸ਼ਾ ਪ੍ਰਵਾਨਿਤ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ। ਪੰਜਾਬੀ, ਹਿੰਦੀ, ਗੁਜਰਾਤੀ, ਮਰਾਠੀ, ਬੰਗਲਾ, ਉੜੀਆ, ਬੋਡੋ, ਮੈਥਲੀ, ਸੰਥਾਲੀ, ਅਸਾਮੀ, ਕਸ਼ਮੀਰੀ, ਡੋਗਰੀ, ਤਮਿਲ, ਤੇਲਗੂ, ਕੰਨੜ, ਮਲਿਆਲਮ, ਉਰਦੂ, ਸੰਸਕ੍ਰਿਤ, ਕੋਂਕਣੀ, ਮਨੀਪੁਰੀ, ਸਿੰਧੀ, ਨੇਪਾਲੀ। ਇਹ ਭਾਸ਼ਾ 22 ਭਾਸ਼ਾਵਾਂ ਹਨ ਜਿਨ੍ਹਾਂ ਦੀ ਸਾਡੇ ਸੰਵਿਧਾਨ ਦੇ ਵਿੱਚ ਮਾਨਤਾ ਪ੍ਰਾਪਤ ਹੈ। ਠੀਕ ਹੈ ਜੀ। ਅਗਲਾ ਪ੍ਰਸ਼ਨ, ਮਾਤ ਬੋਲੀ ਜਾਂ ਮਾਤ ਭਾਸ਼ਾ ਕੀ ਹੁੰਦੀ ਹੈ? ਮਾਤ ਬੋਲੀ ਜਾਂ ਮਾਤ ਭਾਸ਼ਾ ਉਹ ਹੁੰਦੀ ਹੈ ਜਿਹੜੀ ਬੱਚਾ ਆਪਣੇ ਜਨਮ ਤੋਂ ਹੀ ਆਪਣੀ ਮਾਂ ਕੋਲੋਂ ਸਿੱਖਦਾ ਹੈ। ਅਗਲਾ ਪ੍ਰਸ਼ਨ, ਪੰਜਾਬੀ ਬੋਲੀ ਨੂੰ ਕਿੰਨੇ ਲੋਕ ਬੋਲਦੇ ਹਨ? ਇਹ ਲੋਕ ਕਿੱਥੇ ਕਿੱਥੇ ਵੱਸਦੇ ਹਨ? ਅਗਲਾ, ਪੰਜਾਬੀ ਬੋਲੀ ਨੂੰ 11 ਕਰੋੜ ਲੋਕ ਬੋਲਦੇ ਹਨ। ਇਹਨਾਂ ਨੂੰ ਬੋਲਣ ਵਾਲੇ ਭਾਰਤ, ਪਾਕਿਸਤਾਨ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਤੋਂ ਇਲਾਵਾ ਆਸਟ੍ਰੇਲੀਆ ਅਤੇ ਹੋਰ ਯੂਰੋਪੀਅਨ ਮੁਲਕਾਂ ਵਿੱਚ ਵੱਸਦੇ ਹਨ। ਪੰਜਾਬੀ ਦੀਆਂ ਉਪ ਬੋਲੀਆਂ ਜਾਂ ਉਪ ਭਾਸ਼ਾਵਾਂ। ਠੀਕ ਹੈ ਜੀ। ਉਪ ਬੋਲੀ ਕੀ ਹੁੰਦੀ ਹੈ? ਸਭ ਤੋਂ ਪਹਿਲਾਂ ਉਪ ਬੋਲੀ ਜਾਂ ਉਪ ਭਾਸ਼ਾ ਕੀ ਹੁੰਦੀ ਹੈ? ਕਿਸੇ ਭਾਸ਼ਾ ਖੇਤਰ ਦੀ ਬੋਲੀ ਵਿੱਚ ਇਲਾਕਾਈ ਭਿੰਨਤਾ ਨਾਲ ਬੋਲਚਾਲ ਦੀ ਬੋਲੀ ਦੇ ਕਈ ਰੂਪ ਮਿਲਦੇ ਹਨ। ਬੋਲੀ ਬੋਲਚਾਲ ਦੇ ਇਸ ਰੂਪ ਨੂੰ ਹੀ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਦੀਆਂ ਉਪ ਬੋਲੀਆਂ ਜਾਂ ਭਾਸ਼ਾਵਾਂ ਦੇ ਨਾਂ ਲਿਖੋ, ਜਾਂ ਪੰਜਾਬੀ ਦੀਆਂ ਉਪ ਬੋਲੀਆਂ ਕਿਹੜੀਆਂ ਕਿਹੜੀਆਂ ਹਨ? ਆਂਸਰ ਹੈ ਜੀ, ਪੰਜਾਬੀ ਦੀਆਂ ਉਪ ਬੋਲੀਆਂ ਜਾਂ ਉਪ ਭਾਸ਼ਾਵਾਂ ਇਹ ਹਨ: ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ, ਲਹਿੰਦੀ ਅਤੇ ਡੋਗਰੀ। ਇਹ ਸਭ ਕੀ ਨੇਗੀਆਂ? ਪੰਜਾਬੀ ਦੀਆਂ ਉਪ ਬੋਲੀਆਂ ਜਾਂ ਉਪ ਭਾਸ਼ਾਵਾਂ ਹਨ। ਠੀਕ ਹੈ ਜੀ। ਅਗਲਾ ਪ੍ਰਸ਼ਨ, ਪੰਜਾਬ ਦੀਆਂ ਉਪ ਬੋਲੀਆਂ ਜਾਂ ਉਪ ਭਾਸ਼ਾਵਾਂ ਕਿੰਨਾ ਕਿੰਨਾ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ? ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜੀ, ਮਾਝੀ। ਮਾਝੀ ਲਾਹੌਰ, ਸਿਆਲਕੋਟ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਠੀਕ ਹੈ ਜੀ। ਮਾਝੀ ਦਾ ਅਰਥ ਹੁੰਦਾ ਗਾ ਮੱਧ ਜਾਂ ਵਿਚਕਾਰਲਾ ਇਲਾਕਾ। ਠੀਕ ਹੈ ਜੀ। ਅਗਲਾ ਪ੍ਰਸ਼ਨ, ਮਲਵਈ, ਮਾਲਵਾ ਕਿਹਾ ਜਾਂਦਾ ਜੀ ਇਸ ਇਲਾਕੇ ਨੂੰ, ਮਲਵਈ ਜਿੱਥੋਂ ਦੀ ਬੋਲੀ ਹੈਗੀ, ਅਤੇ ਇਹਦਾ ਖੇਤਰ ਆ ਜਾਂਦਾ ਗਾ ਜੀ ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਮਾਨਸਾ, ਮੁਕਤਸਰ, ਬਰਨਾਲਾ, ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ, ਬਠਿੰਡਾ, ਫਰੀਦਕੋਟ, ਪਟਿਆਲੇ ਜ਼ਿਲ੍ਹੇ ਦੇ ਪੱਛਮੀ ਭਾਗ ਅਤੇ ਕੁਝ ਖੇਤਰ ਸਿਰਸਾ ਹਰਿਆਣਾ ਵਿੱਚ। ਠੀਕ ਹੈ ਜੀ। ਦੁਆਬੀ, ਦੁਆਬ ਸ਼ਬਦ ਦਾ ਅਰਥ ਹੈ ਦੋ ਦਰਿਆਵਾਂ ਵਿਚਕਾਰਲਾ ਇਲਾਕਾ। ਠੀਕ ਹੈ ਜੀ। ਇੱਥੇ ਦੁਆਬੀ ਬੋਲੀ ਬੋਲੀ ਜਾਂਦੀ ਆ, ਇਸ ਨੂੰ ਦੁਆਬਾ ਵੀ ਕਿਹਾ ਜਾਂਦਾ ਹੈ। ਜਾਣੀ ਕਿ ਦੁਆਬੇ ਦਾ ਖੇਤਰ ਕਿਹੜਾ ਕਿਹੜਾ ਆ ਜਾਂਦਾ ਗਾ, ਜਲੰਧਰ,
ਸ਼ਹੀਦ ਭਗਤ ਸਿੰਘ ਨਗਰ ਜਾਨੀ ਕਿ ਨਵਾਂ ਸ਼ਹਿਰ ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹੇ ਇਸ ਦੇ ਖੇਤਰ ਹਨ। ਡੋਗਰੀ ਕਾਂਗੜੇ ਅਤੇ ਜੰਮੂ ਦੇ ਖੇਤਰ ਵਿੱਚ ਇਹ ਬੋਲੀ ਜਾਂਦੀ ਹੈ। ਪੁਆਧੀ ਰੋਪੜ ਰੂਪਨਗਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਟਿਆਲੇ ਦਾ ਪੂਰਬੀ ਭਾਗ ਸੰਗਰੂਰ ਦਾ ਮਲੇਰਕੋਟਲੇ ਵੱਲ ਦਾ ਖੇਤਰ ਫਤਿਹਗੜ੍ਹ ਸਾਹਿਬ ਦਾ ਪੂਰਬੀ ਹਿੱਸਾ ਅੰਬਾਲੇ ਦਾ ਪੱਛਮੀ ਹਿੱਸਾ ਇਹ ਭਾਸ਼ਾਗਰ ਦਾ ਪੁਆਧੀ ਭਾਸ਼ਾ ਦਾ ਇਹ ਖੇਤਰ ਹੈ। ਠੀਕ ਹੈ ਜੀ। ਪੋਠੋਹਾਰੀ ਪੋਠੋਹਾਰੀ ਪਾਕਿਸਤਾਨ ਦੇ ਜੇਹਲਮ ਦਰਿਆ ਦੇ ਪਾਰ ਪੋਠੋਹਾਰ ਦੇ ਇਲਾਕਿਆਂ ਜਿਵੇਂ ਰਾਵਲਪਿੰਡੀ ਜ਼ਿਲ੍ਹਾ ਜੇਹਲਮ ਕੈਮਲਪੁਰ ਮੁਲਤਾਨੀ ਕੈਮਲਪੁਰ ਵਿੱਚ ਬੋਲੀ ਜਾਂਦੀ ਹੈ। ਮੁਲਤਾਨੀ ਲਹਿੰਦੀ ਜਾਣੀ ਕਿ ਮੁਲਤਾਨ ਡੇਰਾ ਗਾਜੀ ਖਾਂ ਅਤੇ ਬਹਾਵਲਪੁਰ ਇਸ ਦੇ ਖੇਤਰ ਹਨ। ਠੀਕ ਹੈ ਜੀ। ਡੋਗਰੀ ਜੰਮੂ ਅਤੇ ਕਸ਼ਮੀਰ ਅਤੇ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ। ਠੀਕ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਹੜੀ ਕਿਹੜੀ ਉਪਭਾਸ਼ਾ ਵਰਤੀ ਜਾਂਦੀ ਹੈ? ਕਪੂਰਥਲਾ ਵਿੱਚ ਕਿਹੜੀ ਵਰਤੀ ਜਾਂਦੀ ਹੈ ਤੁਸੀਂ ਕਮੈਂਟ ਕਰਕੇ ਦੱਸਣਾ ਹੈਗਾ। ਗੁਰਦਾਸਪੁਰ ਦੇ ਵਿੱਚ ਕਿਹੜੀ ਵਰਤੀ ਜਾਂਦੀ ਹੈਗੀ ਭਾਸ਼ਾ? ਅੰਮ੍ਰਿਤਸਰ ਰੂਪਨਗਰ ਫਤਿਹਗੜ੍ਹ ਸਾਹਿਬ ਇਹ ਤੁਸੀਂ ਸਾਰਿਆਂ ਬੱਚਿਆਂ ਨੇ ਕਮੈਂਟ ਕਰਕੇ ਦੱਸਣਾ ਹੈਗਾ ਵੀ ਕਿਹੜੇ ਜ਼ਿਲ੍ਹੇ ਵਿੱਚ ਕਿਹੜੀ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ। ਠੀਕ ਹੈ ਜੀ। ਪੰਜਾਬੀ ਬੋਲੀ ਦੀਆਂ ਕਿਸੇ ਦੋ ਉਪ ਬੋਲੀਆਂ ਦੇ ਨਾਂ ਲਿਖੋ। ਪੰਜਾਬੀ ਬੋਲੀ ਦੀਆਂ ਕਿਸੇ ਦੋ ਉਪ ਬੋਲੀਆਂ ਦੇ ਨਾਮ ਕਿਹੜੇ ਕਿਹੜੇ ਨੇਗੇ? ਦੁਆਬੀ ਅਤੇ ਮਾਝੀ। ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਕਿਹੜੀ ਬੋਲੀ ਬੋਲੀ ਜਾਂਦੀ ਹੈ? ਮੋਸਟ ਇੰਪੋਰਟੈਂਟ ਪ੍ਰਸ਼ਨ ਹੈ ਜੀ, ਇਹ 6635 ਦੇ ਵਿੱਚ ਵੀ ਆਇਆ ਹੋਇਆ ਹੈਗਾ। ਤਾਂ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਮਾਝੀ ਬੋਲੀ ਬੋਲੀ ਜਾਂਦੀ ਹੈ। ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਆਪਸੀ ਅੰਤਰ ਕਿਉਂ ਮਿਟਦੇ ਜਾ ਰਹੇ ਹਨ? ਪੁਰਾਣੇ ਸਮੇਂ ਵਿੱਚ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦੀ ਘਾਟ ਕਾਰਨ ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿੱਚ ਬੋਲੀਆਂ ਜਾਣ ਵਾਲੀਆਂ ਉਪਭਾਸ਼ਾਵਾਂ ਦੇ ਆਪਸੀ ਫਰਕ ਬੜੇ ਉਗੜਵੇਂ ਸਨ, ਪਰੰਤੂ ਅਜੋਕੇ ਪੰਜਾਬ ਵਿੱਚ ਆਵਾਜਾਈ ਦੇ ਸੰਚਾਰ ਸਾਧਨਾਂ ਦੇ ਵਿਕਸਿਤ ਹੋਣ ਕਾਰਨ ਲੋਕਾਂ ਦਾ ਆਪਸੀ ਮੇਲਜੋਲ ਵੱਧ ਗਿਆ ਹੈ। ਸਿੱਟੇ ਵਜੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਆਪਸੀ ਖੇਤਰ ਮਿਟਦੇ ਜਾ ਰਹੇ ਹਨ। ਠੀਕ ਹੈ ਜੀ। ਅਗਲਾ ਪ੍ਰਸ਼ਨ, ਪਿਜਨ ਅਤੇ ਕਰੀਓਲ ਭਾਸ਼ਾ ਵੰਨਗੀਆਂ ਵਿੱਚ ਕੀ ਅੰਤਰ ਹੁੰਦਾ ਹੈ? ਪਿਜਨ ਕੰਮ ਚਲਾਊ ਭਾਸ਼ਾ ਨੂੰ ਕਹਿੰਦੇ ਹਨ। ਸਮਾਂ ਪਾ ਕੇ ਇਹੋ ਹੀ ਸਥਾਨਕ ਭਾਸ਼ਾ ਬਣ ਜਾਂਦੀ ਹੈ ਅਤੇ ਇਸ ਨੂੰ ਕਰੀਓਲ ਦਾ ਨਾਂ ਦਿੱਤਾ ਜਾਂਦਾ ਹੈ। ਉਰਦੂ ਇੱਕ ਅਜਿਹੀ ਹੀ ਭਾਸ਼ਾ ਹੈ। ਬੋਲੀ ਸਾਹਿਤਕ ਬੋਲੀ ਅਤੇ ਉਪ ਬੋਲੀ ਵਿੱਚ ਕੀ ਫਰਕ ਹੁੰਦਾ ਹੈ? ਬੋਲੀ ਕਿਸੇ ਭਾਸ਼ਾ ਖੇਤਰ ਦੇ ਕੇਂਦਰੀ ਇਲਾਕੇ ਦੀ ਬੋਲੀ ਹੁੰਦੀ ਹੈ। ਇਹ ਮਾਝੀ ਸਵਾਰੀ ਅਤੇ ਨੇਮਬੱਧ ਹੁੰਦੀ ਹੈ, ਪਰੰਤੂ ਉਪ ਬੋਲੀ ਸਮੁੱਚੇ ਭਾਸ਼ਾ ਖੇਤਰ ਦੀ ਇੱਕ ਭੂਗੋਲਿਕ ਇਕਾਈ ਵਿੱਚ ਬੋਲੀ ਜਾਣ ਵਾਲੀ ਹੁੰਦੀ ਹੈ। ਸਾਹਿਤਕ ਮਿਆਰੀ ਜਾਂ ਟਕਸਾਲੀ ਭਾਸ਼ਾ। ਠੀਕ ਹੈ ਜੀ। ਸਾਹਿਤਕ ਮਿਆਰੀ ਜਾਂ ਟਕਸਾਲੀ ਭਾਸ਼ਾ ਕਿਸ ਨੂੰ ਕਹਿੰਦੇ ਹਨ? ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਜਾਂ ਟਕਸਾਲੀ ਬੋਲੀ ਦਾ ਆਧਾਰ ਕਿਹੜੀਆਂ ਉਪਭਾਸ਼ਾਵਾਂ ਨੂੰ ਮੰਨਿਆ ਜਾਂਦਾ ਹੈ? ਉੱਤਰਾ ਜੀ, ਸਾਹਿਤਕ ਮਿਆਰੀ ਜਾਂ ਟਕਸਾਲੀ ਭਾਸ਼ਾ ਕਿਸੇ ਭਾਸ਼ਾ ਖੇਤਰ ਦੇ ਕੇਂਦਰੀ ਇਲਾਕੇ ਦੀ ਭਾਸ਼ਾ ਹੁੰਦੀ ਹੈ, ਜਿਵੇਂ ਪੰਜਾਬ ਪ੍ਰਦੇਸ਼ ਦੀ ਸਾਹਿਤਕ ਭਾਸ਼ਾ ਕੇਂਦਰੀ ਭਾਸ਼ਾ ਅਰਥਾਤ ਮਾਝੇ ਲਾਹੌਰ ਅਤੇ ਅੰਮ੍ਰਿਤਸਰ ਦੀ ਬੋਲੀ ਮੰਨੀ ਗਈ ਹੈ। ਇਹ ਮਾਝੀ ਸਵਾਰੀ ਅਤੇ ਨੇਮਬੱਧ ਹੁੰਦੀ ਹੈ। ਇਹ ਪ੍ਰਦੇਸ਼ ਦੇ ਲੇਖਕਾਂ ਅਤੇ ਸਰਕਾਰੀ ਦਫ਼ਤਰਾਂ ਦੀ ਬੋਲੀ ਹੁੰਦੀ ਹੈ। ਇਸ ਵਿੱਚ ਹੀ ਅਖ਼ਬਾਰਾਂ ਛਾਪਦੀਆਂ ਹਨ ਅਤੇ ਇਹੋ ਸਿੱਖਿਆ ਦਾ ਮਾਧਿਅਮ ਹੁੰਦਾ ਹੈ। ਟਕਸਾਲੀ ਜਾਂ ਮਿਆਰੀ ਭਾਸ਼ਾ ਦੀ ਕੀ ਉਪਯੋਗਤਾ ਹੁੰਦੀ ਹੈ? ਟਕਸਾਲੀ ਜਾਂ ਮਿਆਰੀ ਭਾਸ਼ਾ ਆਪਣੇ ਖੇਤਰ ਵਿੱਚ ਵੱਸਦੇ ਲੋਕਾਂ ਦੇ ਸਰਕਾਰੀ ਪ੍ਰਬੰਧ, ਸਿੱਖਿਆ, ਸਾਹਿਤ ਅਤੇ ਸੱਭਿਆਚਾਰ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਠੀਕ ਹੈ ਜੀ। ਐਮਸੀਕਿਊ ਕਰਦੇ ਹਾਂ ਇਹਦੇ ਆਪਾਂ ਹੁਣ। ਪ੍ਰਸ਼ਨ, ਭਾਸ਼ਾ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਕਿਸਮਾਂ ਦੇ ਨਾਂ ਵੀ ਲਿਖੋ। ਭਾਸ਼ਾ ਜਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ, ਆਮ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ।
गुप्त जां संकेतक भाषा का कोई एक नां दसो। आंसर है जी लंडी। मात भाषा की हुंदी है? जिहड़ी भाषा बच्चा अपने घर परिवार ते आले दुआले तो सहज रूप विच सिखदा है ओह मात भाषा हुंदी है। राज भाषा की हुंदी है? सरकार द्वारा दफ्तरी कामकाज लई जिस भाषा दी भाषा नूं अपने राज विच मानता दित्ती गई हुंदी है ओह राज भाषा हुंदी है। राष्ट्रीय भाषा, जिस भाषा नूं किसी देश दी सरकार विच विशेष दर्जा दित्ता जांदा है उस नूं राष्ट्रीय भाषा कहा जांदा है। अंतरराष्ट्रीय भाषा की हुंदी है? जिहड़ी भाषा वख-वख देशां दे लोकां नूं आपस विच जोड़न दा कार्ज करदी है उस नूं असीं अंतरराष्ट्रीय भाषा कहिंदे हां। टकसाली भाषा की हुंदी है? जिस दी वरतों सरकारी दफ्तरां विच सिक्ख्या दे खेत्र विच रेडियो अखबारां टीवी आदि विच कीती जांदी होवे उस नूं असीं टकसाली भाषा कहिंदे हां। साहित्यक भाषा की हुंदी है? साहित्यक भाषा विच टकसाली लिखती अते आम बोलचाल दी शब्दावली दे दोवें रूप रलमे रूप विच वरते जाण उस नूं असीं साहित्यक भाषा आखदे हां। उपभाषा उपबोली की हुंदी है? उपभाषा किसी एक विशाल खेत्र विच बोली जाण वाली भाषा जिद्दां खेतरी जां इलाकाई रूप हुंदा है। किथे जाण डियाए कूणा प्याह कैसो उपभाषा दे शब्द ते वाकांश हन। तां राइट आंसर है जी इहदा माझी। प्रश्न अगला, तीवी आवांगा मूहरे तुहानू आपां संदेहां कैसो उपभाषा दे शब्द हन। तां इहदा राइट आंसर है जी मालवई। बिचमा कासम बारे भी इबके इहा उहा कैसो उपभाषा दे हन। तां इह पुआधी भाषा दे शब्द हन। जम्मू अते कांगड़े विच बोली जांदी पंजाबी उपभाषा दी वंदगी नूं की कहा जांदा है उस नूं असीं डोगरी कहिंदे हां। रावलपिंडी अते जेहलम दे पहाड़ी खेत्र विच बोली जांदी पंजाबी उपभाषा दी वंदगी नूं की कहा जांदा है उस नूं पोठोहारी कहा जांदा है। भाषा दे आधार उत्ते पंजाब दी वंड कदों हुई? 1 नवंबर 1966 विच। पंजाबी किस राज दी राज भाषा है? पंजाब दी। पंजाबी किथे किथे दूजी भाषा वजों पढ़ाई जांदी है? हरियाणे विच। पंजाबी भाषा दीआं किहड़ीआं धुनियां विशेष हन जो होरना भाषावां विच बहुत घट मिलदी हन? कग्गा, झज्जा, टड्डा, पब्बा, तद्दा अते डाड़ा इह अजिहीआं धुनियां हन जो कि होर भाषावां विच बहुत घट मिलदी हन। वर्ण जां अक्खर किस नूं कहिंदे हन? भाषा का उचारण करन समय संघ विचों निकलन वालियां धुनियां आवाजां नूं लिख के प्रगट करन वाले चिन्हां नूं वर्ण जां अक्खर कहा जांदा है। लिपी किस नूं कहा जांदा है? भाषा दीआं धुनियां नूं लिख के प्रगट करन लई वरते जांदे चिन्हां दे समूह नूं लिपी आखदे हां। वर्णमाला तों की भाव है? भाषा दी लिपी दे चिन्हां नूं जदों निश्चित तरतीबवार रूप विच लिखिया जांदा है उस नूं वर्णमाला आख्या जांदा है। पंजाबी विच स्वर किन्ने हन? पंजाबी दे विच 3 स्वर हन। ठीक है जी। ऊड़ा, आड़ा, ईड़ी। पंजाबी विच स्वर वाहक अक्षर किन्ने हन? 3। ऊड़ा, आड़ा, ईड़ी। ठीक है जी। पंजाबी दे अनुनासिकी अक्षर हन? अनुनासिकी अक्षर किन्ने है जी? अनुनासिकी अक्षर 5 हन। जिन्हां दी आवाज़ दे विच जिन्हां दी आवाज़ नक राहीं आउंदी होवे उन्हां नूं असीं अनुनासिकी अक्षर कहिंदे हां। ठीक है जी। पंज अक्षर ने वर्णमाला दे कवर्ग, चवर्ग, टवर्ग, तवर्ग अते पवर्ग दे आखरी अक्षर जिवें कि घग्गा हो गया, नईया हो गया, नाणा हो गया, नन्ना हो गया। ठीक है जी। मम्मा हो गया। ये सब की ने गे अनुनासिकी अक्षर हन।
ਪੰਜਾਬੀ ਦੇ ਦੁੱਤ ਅੱਖਰ ਅਰਧ ਸਵਰ ਕਿਹੜੇ ਕਿਹੜੇ ਹਨ? ਹਾਹਾ, ਰਾਰਾ ਅਤੇ ਵਾਹਵਾ ਇਹ ਦੁੱਤ ਅੱਖਰ ਅਤੇ ਅਰਧ ਸਵਰ ਹਨ। ਇਸ ਨੂੰ ਦੁੱਤ ਅੱਖਰ ਕਿਉਂ ਆਖਿਆ ਜਾਂਦਾ ਹੈ? ਇਹ ਪੈਰ ਦੇ ਵਿੱਚ ਪੈਂਦੇ ਹਨ, ਅੱਖਰ ਦੇ ਪੈਰ ਵਿੱਚ ਪੈਂਦੇ ਹਨ। ਬਿੰਦੀ ਦੀ ਵਰਤੋਂ ਕਿਹੜੀਆਂ ਲਗਾਂ ਨਾਲ ਹੁੰਦੀ ਹੈ? ਤਾਂ ਬਿੰਦੀ ਦੀ ਵਰਤੋਂ 6 ਲਗਾਂ ਜਾਣੀ ਕਿ ਕੰਨਾ, ਬਿਹਾਰੀ, ਲਾਂ, ਤੁਲਾਵਾਂ, ਹੋੜਾ ਅਤੇ ਕਨੌੜਾ ਨਾਲ ਹੁੰਦੀ ਹੈ। ਪੰਜਾਬੀ ਦੇ 3 ਲਗਾ ਅੱਖਰ ਕਿਹੜੇ ਕਿਹੜੇ ਹਨ? ਪੰਜਾਬੀ ਦੇ 3 ਲਗਾ ਅੱਖਰ ਹਨ ਬਿੰਦੀ, ਟਿੱਪੀ ਅਤੇ ਅਦਕ। ਊੜਾ ਨਾਲ ਕਿਹੜੀਆਂ ਲਗਾਵਾਂ ਲੱਗਦੀਆਂ ਹਨ? ਊੜਾ ਨਾਲ 3 ਲਗਾਂ ਲੱਗਦੀਆਂ ਨੇ, ਔਂਕੜ, ਦੁਲੈਂਕੜ ਅਤੇ ਹੋੜਾ। ਆੜਾ ਨਾਲ ਕਿਹੜੀਆਂ ਲਗਾਂ ਲੱਗਦੀਆਂ ਹਨ? 4, ਮੁਕਤਾ, ਕੰਨਾ, ਦੁਲਾਵਾਂ ਅਤੇ ਕਨੌੜਾ। ਈੜੀ ਦੇ ਨਾਲ ਕਿਹੜੀਆਂ ਲਗਾਂ ਲੱਗਦੀਆਂ ਹਨ? 3, ਸਿਹਾਰੀ, ਬਿਹਾਰੀ ਅਤੇ ਲਾਂ। ਪੰਜਾਬੀ ਵਿੱਚ ਲਘੂ ਸਵਰ ਕਿੰਨੇ ਹਨ ਅਤੇ ਕਿਹੜੇ ਹਨ? ਤਾਂ ਲਘੂ ਸਵਰ 3 ਹਨ, ਆ, ਈ, ਊ। ਰੂਪ ਦੇ ਆਧਾਰ ਤੇ ਸ਼ਬਦਾਂ ਦੀਆਂ ਕਿਹੜੀਆਂ 2 ਕਿਸਮਾਂ ਹਨ? ਵਿਕਾਰੀ ਅਤੇ ਅਵਿਕਾਰੀ ਇਹ ਰੂਪ ਦੇ ਆਧਾਰ ਤੇ ਸ਼ਬਦਾਂ ਦੀਆਂ ਕਿਸਮਾਂ ਨੇ। ਪੰਜਾਬੀ ਸ਼ਬਦਾਂ ਵਿੱਚ ਅਧਿਕ ਦੀ ਵਰਤੋਂ ਕਿਹੜੀਆਂ 4 ਲਗਾਂ ਹੀ ਹੁੰਦੀ ਹੈ? ਮੁਕਤਾ, ਸ਼ਿਹਾਰੀ, ਔਂਕੜ ਅਤੇ ਦੁਲਾਵਾਂ ਨਾਲ ਅਧਿਕ ਦੀ ਵਰਤੋਂ ਹੁੰਦੀ ਹੈ। ਟਿੱਪੀ ਦੀ ਵਰਤੋਂ ਕਿਹੜੀਆਂ 4 ਲਗਾਂ ਨਾਲ ਹੁੰਦੀ ਹੈ? ਮੁਕਤਾ, ਸ਼ਿਹਾਰੀ, ਔਂਕੜ ਅਤੇ ਦੁਲੈਂਕੜ। ਬਿੰਦੀ ਦੀ ਵਰਤੋਂ ਕਿਹੜੀਆਂ ਲਗਾਂ ਨਾਲ ਹੁੰਦੀ ਹੈ? ਕੰਨਾ, ਬਿਹਾਰੀ, ਲਾਂ, ਦੁਲਾਵਾਂ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। ਠੀਕ ਹੈ ਜੀ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।